यहाँ उपजे जा।
صدا جل نیرمن دریا واسو دوست گر دریا صدا جل نیرمن ਸੱਚਾ ਟੋਲਾ ਭਾਈ ਸਭ ਨੇ ਵੀ ਆਖ ਦਿੱਤਾ ਬਾਬੇ ਡਿੱਠੀ ਪ੍ਰਥਮੀ ਨਵਾਂ ਅੱਖਾਂ ਦੀ ਜਿੱਥੋਂ ਤੱਕ ਪ੍ਰਥਮੀ ਧਰਤੀ ਉਹਦੇ ਨੌ ਖੰਡ ਨੇ ਸੋਈ ਪਿੰਦੇ ਜੋ ਬ੍ਰਹਿਮੰਡ ਵਿੱਚ ਹੈ ਉਹ ਪਿੰਡੇ ਵਿੱਚ ਸਰੀਰ ਵਿੱਚ ਵੀ ਹੈ ਕੁਝ ਸਥੂਲ ਚੀਜ਼ਾਂ ਪ੍ਰਿਥਵੀ ਦੇ ਹਰ ਹਿੱਸੇ ਵਿੱਚ ਵੱਖਰੀਆਂ ਵੱਖਰੀਆਂ ਮਨੁੱਖ ਖੋਜਦਾ ਹੈ ਧਰਤੀ ਵਿੱਚੋਂ ਕਿਤੇ ਕੋਈ ਸੁਨਕ ਖੋਜ ਕੇ ਢੂੰਡ ਕੇ ਲਈ ਆਉਂਦਾ ਹੈ ਧਰਤੀ ਵਿੱਚੋਂ ਕਿਸੇ ਥਾਂ ਤੇ ਜਿਵੇਂ ਭਾਈ ਸਾਹਿਬ ਆਖਣੇ ਖਣਵਾਰਾ ਖਣ ਖਣਵਾਰਾ ਖਣ ਜੱਗ ਵਿਖੇ ਪ੍ਰਗਟਾਵੇ ਖਣਵਾਰਾ ਖਾਨਾਂ ਨੂੰ ਖੋਦਣ ਵਾਲਾ ਤੋਂ ਸੋਨਾ ਢੂੰਡ ਕੇ ਲੈ ਆਉਂਦੇ ਧਰਤੀ ਦੇ ਇਸ ਹਿੱਸੇ ਵਿੱਚ ਸੋਨਾ ਹੈ ਕੜਦਾ ਤੋਂ ਕੋਈ ਲੋਹਾ ਢੂੰਡ ਕੇ ਲੈ ਆਉਂਦਾ ਧਰਤੀ ਦੇ ਇਸ ਸੀਨੇ ਵਿੱਚ ਲੋਹਾ ਹੈ ਇਹਨੂੰ ਖਰੀਦ ਖੋਜ ਕੇ ਲੈ ਆਉਂਦਾ ਤਰ੍ਹਾਂ ਧਰਤੀ ਦੇ ਵੱਖ ਵੱਖ ਹਿੱਸਿਆਂ ਵਿੱਚ ਬੜੀਆਂ ਕੀਮਤੀ ਸਥੂਲ ਵਸਤੂਆਂ ਨੇ ਉਹਨਾਂ ਦੀ ਖੋਜ ਕਰਨੀ ਜੇ ਢੂੰਡ ਦੀ ਸ਼ਕਤੀ ਨਾ ਹੁੰਦੀ ਜੇ ਢੂੰਡ ਦੇ ਸਾਧਨ ਨਾ ਹੁੰਦੇ ਜਦੋਂ ਕਦੀ ਨਹੀਂ ਸਨ ਉਦੋਂ ਵੀ ਧਰਤੀ ਵਿੱਚ ਪਦਾਰਥ ਅਸਰ ਕੋਈ ਖੋਜ ਕੇ ਨਹੀਂ ਸੀ ਲਿਆਉਂਦਾ
ਕਈ ਚੀਜ਼ਾਂ ਤੋਂ ਸੰਸਾਰ ਵਾਂਝਾ ਸੀ, ਅਨਹੋਂਦ ਵਿੱਚ ਸੀ, ਬਾਕੀ ਗੀਤ ਨਹੀਂ ਸੁਣੇ। ਅੱਜ ਖਾਣ ਵਾਲੇ ਜ਼ਿਆਦਾ ਨੇ, ਖਾਣਾ ਨੂੰ ਖੋਦਣ ਵਾਲੇ, ਢੂੰਡ ਕਰਨ ਵਾਲੇ ਐਸੇ ਉਦਾਰ ਨੇ ਜਿਹੜੇ ਦੱਸ ਦਿੰਦੇ ਨੇ ਧਰਤੀ ਦੇ ਇਸ ਖੰਡ ਵਿੱਚ, ਧਰਤੀ ਦੇ ਇਸ ਹਿੱਸੇ ਵਿੱਚ ਆਹ ਵਸਤੂ ਆ, ਇਹਨੂੰ ਕੱਢ ਲੈ। ਗੁਰੂ ਕਹਿੰਦੇ ਕੁਝ ਸੂਖਮ ਵਸਤੂਆਂ ਇਸ ਸਰੀਰ ਵਿੱਚ ਵੀ ਨੇ, ਇਹ ਵੀ ਪ੍ਰਿਥਵੀ ਦਾ ਨਵਾਂ ਖੰਡ ਹੈ। ਉਹ ਤਾਂ ਅੱਠ ਨੇ, ਨਵਾਂ ਇਹ ਹੈ, ਇੱਥੇ ਨਵਾਂ ਖੰਡ ਸਰੀਰ ਕਹਿ ਦਿੰਦਾ, ਕਿਉਂਕਿ ਕੁਝ ਕੀਮਤੀ ਵਸਤੂਆਂ ਇਸ ਦੇ ਅੰਦਰ ਵੀ ਨੇ। ਬੱਚਾ ਇੱਕ ਸ਼ਬਦ ਪੜ੍ਹ ਰਿਹਾ ਸੀ, ਰਾਮ ਨਾਮ ਰਤਨ ਕੋਠੜੀ ਗ੍ਰਹਿ ਮੰਦਰ ਇੱਕ ਲੁਕਾਨੀ, ਇਹਦੇ ਵਿੱਚ ਵੀ ਲੁਕੀਆਂ ਬੈਠੀਆਂ ਨੇ ਵਸਤੂਆਂ। ਸਤਿਗੁਰ ਬਿਲੈ ਤਾਂ ਖੋਜੀ ਹੈ, ਇੱਥੇ ਵੀ ਹੋ ਪਤਾ। ਕਰਮ ਮੰਤੀ ਸਲਾਹਿਆ ਨਾਨਕ ਤਾਰ ਗੁਰ ਪੀਰ, ਜਿਹਨੂੰ ਪਤਾ ਹੋਵੇ ਇੱਥੇ ਕੀ ਹੈ ਉਹਦੀ ਸਹਾਇਤਾ ਲੈ, ਉਹਦੀ ਮਦਦ ਦੀ ਲੋੜ ਹੈ, ਉਹ ਦੱਸੇਗਾ ਇੱਥੇ ਕੀ ਹੈ, ਖੋਦ। ਖਿਆਲ ਕਰਿਓ ਖੋਦਣ ਵਾਲੇ ਹੋਰ ਹੁੰਦੇ ਨੇ, ਉਹ ਵੀ ਉਦਮੀ ਚਾਹੀਦੇ, ਪਰ ਇਹਨਾਂ ਗੱਲਾਂ ਨੂੰ ਜਾਣਨ ਵਾਲੇ ਧਰਤੀ ਦੇ ਕਿਸ ਹਿੱਸੇ ਵਿੱਚ ਕੀ ਚੀਜ਼ ਹੈ ਉਸ ਨੂੰ ਪਛਾਣਨ ਵਾਲੇ ਹੋਰ ਹੁੰਦੇ ਨੇ, ਉਹਨਾਂ ਨੂੰ ਵਿਗਿਆਨੀ ਆਖਦੇ ਨੇ। ਵਿਸ਼ਵ ਗਿਆਨ ਨਾਮ ਤਾਂ ਗਿਆਨ ਕਹਿਣ ਲੱਗੇ, ਕਰਮ ਮੰਤਰੀ ਸਲਾਹਿਆ ਨਾਨਕ ਕਰ ਗੁਰ ਪੀਰ, ਉਸ ਗੁਰ ਪੀਰ ਦੀ ਕੀ ਲੋੜ ਸੀ, ਕਿਉਂਕਿ ਇਹਨੇ ਸਰੀਰ ਜਿਹੜਾ ਨਵਾਂ ਖੰਡ ਹੈ ਉਹਨੂੰ ਖੋਜਣਾ ਸੀ, ਇਹਦੇ ਵਿੱਚ ਵੀ ਕੁਛ ਲੁਕਿਆ ਹੋਇਆ। ਰਾਮ ਨਾਮ ਰਤਨ ਕੋਠੜੀ ਗੜ ਮੰਦਰ ਇੱਕ ਲੁਕਾਨੀ, ਸਤਿਗੁਰ ਮਿਲੇ ਤਾਂ ਖੋਜੀਏ, ਨਾਨਕ ਕਾ ਗੁਰ ਪੀਰ, ਸਤਿਗੁਰ ਮਿਲੇ ਤਾਂ ਖੋਜੀਏ। ਮਿਲ ਜੋਤੀ ਜੋਤ ਸਵਾਨੀ, ਜੋ ਗ੍ਰਹਿ ਮੰਡੇ ਸੋਈ ਪਿੰਡੇ, ਜੋ ਖੋਜੇ ਵਿਗਿਆਨੀ ਲੋਕ ਆਖਦੇ ਨੇ, ਅਜੇ ਤੂੰ ਅੰਦਰ ਦੀ ਇਸ ਧਰਤੀ ਨੂੰ ਖੋਜਣ ਵਾਸਤੇ ਪਾਸੇ ਧਿਆਨ ਹੀ ਨਹੀਂ ਦਿੱਤਾ, ਜਿਸ ਧਰਤੀ ਦਾ ਮਾਲਕ ਬਾਪ ਤੈਨੂੰ ਬਣਾ ਦਿੱਤਾ ਗਿਆ, ਜਿਸ ਧਰਤੀ ਤੈਨੂੰ ਸੌਂਪੀ ਗਈ ਹੈ, ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਖੋਜਣਾ ਵੀ ਚਾਹੇ ਤੈਨੂੰ ਕਿਸੇ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ, ਹੱਕ ਲੈਣਾ ਪੈਂਦਾ ਹੈ। ਪਰ ਜੇ ਤੂੰ ਇਸ ਧਰਤੀ ਨੂੰ ਖੋਜਣਾ ਸ਼ੁਰੂ ਕਰੇ, ਤੈਨੂੰ ਕਿਸੇ ਕੋਲੋਂ ਹੱਕ, ਹਾਂ ਮਦਦ ਦੀ ਲੋੜ ਹੈ ਹੱਕ ਦੀ ਨਹੀਂ, ਹੱਕ ਤੈਨੂੰ ਮਿਲ ਗਿਆ ਜਿਸ ਦਿਨ ਤੈਨੂੰ ਇਹ ਧਰਤੀ ਇਲਾਟ ਹੋ ਗਈ। ਸਰੀਰਕ ਧਰਤੀ ਇਹ ਤੈਨੂੰ ਇਲਾਟ ਹੋ ਗਈ, ਲੈ ਇਹਦੇ ਵਿੱਚ ਜੋ ਕੁਝ ਹੈ ਲੈ, ਇਹਦੇ ਕੋਲੋਂ ਜੋ ਕੰਮ ਲੈ ਸਕਣਾ ਲੈ। ਹਾਂ ਜੇ ਤੈਨੂੰ ਮਦਦ ਦੀ ਲੋੜ ਪਵੇ ਤਾਂ ਗੁਰੂ ਪੀਰ ਜਿਹੜਾ ਹੈ ਉਹ ਤੇਰੀ ਮਦਦ ਵਾਸਤੇ ਹੈ, ਉਹ ਤੈਨੂੰ ਦੱਸੇਗਾ ਇਹਦੇ ਅੰਦਰ ਕੀ ਹੈ। ਗੁਰੂ ਦੱਸਦੇ ਜੋ ਬ੍ਰਹਿਮੰਡ ਦੇ ਸੋਈ ਪਿੰਡੇ, ਗੁਰੂ ਦੱਸ ਰਿਹਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਰੱਬ ਨੂੰ ਘੁੰਮਣਾ ਚਾਹੇ ਉਹ ਵੀ ਇਹਦੇ ਅੰਦਰ ਹੈ, ਬ੍ਰਹਮ ਗਿਆਨੀ ਗੁਰੂ ਤੇਰੀ ਮਦਦ ਕਰ ਸਕਦਾ, ਪਰ ਤੈਨੂੰ ਉਦਮ ਆਪ ਕਰਨਾ ਪਏਗਾ। ਅਜੇ ਤੱਕ ਤੂੰ
ਬਾਹਰਲੇ ਖੰਡ ਜਿਹੜੇ ਅੱਠ ਨੇ ਉਹਨਾਂ ਨੂੰ ਧਰਤੀ ਨੂੰ ਤਾਂ ਤੂੰ ਖੋਜਣ ਵੱਲ ਲੱਗਾ ਹੋਇਆ, ਦਿਨ ਰਾਤ ਖੋਜ ਰਹੇ। ਅਜੇ ਜਿਹੜੀ ਧਰਤੀ ਤੈਨੂੰ ਇਲਾਟ ਹੋਈ ਹੈ ਉਹਦਾ ਦਰਵਾਜ਼ਾ ਤੂੰ ਖੋਲੇ ਨਹੀਂ। ਚੌਥੇ ਪਦ ਕੋ ਜੋ ਡਰਜੀ ਨੇ ਰਾਤ ਰਸ ਕੀਤੀ ਸੀ, ਨੌ ਦੁਆਰੇ ਤੋਂ ਪ੍ਰਗਟ ਕਰ ਦਿੱਤੇ ਮਨ ਨੂੰ ਦੌੜਨ ਲਈ, ਨੌ ਦਰਵਾਜ਼ਿਆਂ ਦੇ ਰਾਹ ਖੋਲ ਦਿੱਤੇ। ਕਿਹੜੀਆਂ ਜੀ ਗੱਲ, ਜਿੱਥੇ ਅੰਮ੍ਰਿਤ ਸੀ ਉੱਥੇ ਇੱਕੋ ਹੀ ਦਰਵਾਜ਼ਾ। ਕਿਉਂਕਿ ਅੰਮ੍ਰਿਤ ਇੱਕ ਹੈ, ਉਹਦੀ ਵਰਾਇਟੀ ਕੋਈ ਨਹੀਂ, ਰੱਬ ਇੱਕ ਹੈ ਉਹਦੀ ਵਰਾਇਟੀ ਕੋਈ ਨਹੀਂ, ਇਸ ਲਈ ਉਹਦਾ ਦਰਵਾਜ਼ਾ ਵੀ ਇੱਕ ਹੀ ਹੈ। ਉਹਦੇ ਵਾਸਤੇ ਨੌ ਦੁਨੀਆਂ ਦੇ ਵਿੱਚ ਚਾਰ ਖਰੀਦ ਰਹੇ ਹੋ ਬੜੇ ਦਰਵਾਜ਼ੇ ਨੇ। ਅੱਖਾਂ ਬੁਰੀਆਂ ਦੇਖ ਸਕਦੀਆਂ ਨੇ, ਜ਼ਬਾਨ ਬੁਰਾ ਬੋਲ ਸਕਦੀ ਹੈ, ਹੱਥ ਚੋਰੀਆਂ ਕਰ ਸਕਦੇ ਨੇ, ਬੜੇ ਦਰਵਾਜ਼ੇ। ਪਰ ਜੇ ਤੂੰ ਰੱਬ ਢੂੰਡਣਾ ਹੋਵੇ, ਜੇ ਤੂੰ ਸੁਰਤ ਦੇ ਰਾਹ ਤੇ ਦਰਵਾਜ਼ੇ ਤੇ ਚੱਲਣਾ ਹੋਵੇ ਤਾਂ ਇੱਕੋ ਹੀ ਦਰਵਾਜ਼ਾ ਹੈ। ਸਹਿਜ ਅਵਸਥਾ ਕਹਿੰਦੇ ਨੇ ਚੌਥਾ ਪਦ, ਚੌਥੇ ਪਦ ਕੋ ਜੋ ਨਰਚੀ ਨੇ ਉੱਥੇ ਆ ਕੇ ਦਿਨ ਚੜ੍ਹਦਾ, ਸੂਰਜ ਉਦੇ ਹੁੰਦਾ, ਰੋਸ਼ਨੀ ਹੁੰਦੀ। ਇਸੇ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਚੌਥੇ ਪਹਿਰ ਸੁਬਹ ਕੇ, ਹੁਣ ਇੱਥੇ ਲਫ਼ਜ਼ ਸੁਬਹ ਦੇ ਦਿਨ ਤੇ ਚੌਥਾ ਪਹਿਰ ਜਿੱਥੇ ਗਿਆਨ ਹੈ ਉੱਥੇ ਉਪਜੇ ਚਾਹੋ, ਗਿਆਨ ਮਤ ਜਾਗੇ। ਜਦੋਂ ਗਿਆਨ ਦੀ ਮਤ ਜਾਗਦੀ ਚਾਹੋ ਪੈਦਾ, ਉੱਥੇ ਦਿਸ ਪੈਂਦਾ ਨਾ ਸਭ ਕੁਝ, ਜਿਸ ਤੋਂ ਬਿਨਾਂ ਹੁਣ ਤੱਕ ਮਨੁੱਖ ਵੱਧ ਸੀ ਸਕਣਾ ਸੀ। ਜਦੋਂ ਨਿਗਾ ਮਾਰੀ ਗਿਆਨ ਦਿਨ ਚੜਿਆ, ਵੇਖਿਆ ਇਹ ਤਾਂ ਘਰ ਵਿੱਚ ਸਭ ਕੁਝ ਹੈ, ਚਾਹੋ ਤਾਂ ਪੈਦਾ ਹੋਣਾ ਹੀ ਸੀ। ਉਸਨੇ ਆਖਿਆ ਦਿਨ ਰਾਤ ਚਾਨਣ ਕਹਿਣ ਲੱਗੇ ਦਿਨ ਰਾਤ ਚਾਨਣ ਚਾਹੋ ਉਪਜੈ, ਸ਼ਬਦ ਗੁਰੂ ਕਾ ਮਨ ਵਸੈ। ਜਿਸ ਦਿਨ ਸ਼ਬਦ ਦਾ ਦੀਪਕ ਬਲਿਆ ਤੇ ਦਿਨ ਰਾਤ ਦਾ ਚਾਨਣ ਹੋ ਗਿਆ, ਜੇ ਸਾਡੇ ਕੋਲ ਅਸੀਂ ਇਸ ਚਾਨਣ ਨੂੰ ਵੇਖਣੇ ਆ, ਕੇਵਲ ਦਿਨ ਨੂੰ ਹੁੰਦਾ ਰਾਤ ਨੂੰ ਨਹੀਂ ਹੁੰਦਾ। ਇੱਕ ਵਾਰ ਕੀਤੀ ਸੀ, ਰਹਿਣ ਸਮਾਈਆਂ ਬੜੀਆਂ ਕਰਾਈਆਂ ਪਰ ਰਹਿਣ ਸਬਾਈ ਨਾ ਹੋਈ, ਰਹਿਣ ਤਾਂ ਵਿੱਚ ਹੀ ਰਹਿ ਗਈ, ਰਾਤ ਮੁੱਕੀ ਨਾ, ਪੂਰਾ ਜੀਵਨ ਗੁਜ਼ਰ ਗਿਆ, ਰਾਤ ਨਾ ਮੁੱਕੀ। ਅਸੀਂ ਸੰਸਾਰਿਕ ਤੌਰ ਤੇ ਦੇਖਦੇ ਰਹੇ, ਦਿਨ ਚੜ੍ਹ ਗਿਆ ਹੈ, ਰਾਤ ਪੈ ਗਈ ਹੈ, ਦਿਨ ਚੜ੍ਹ ਗਿਆ, ਪਰ ਅਸਲ ਵਿੱਚ ਭੁਲੇਖੇ ਵਿੱਚ ਰਹਿ ਗਏ, ਅਗਿਆਨਤਾ ਦੀ ਰਾਤ ਤਾਂ ਮੁੱਕੀ ਨਹੀਂ, ਉੱਥੇ ਸੁਬਹ ਹੀ ਨਹੀਂ, ਬੜੀ ਮੁਸ਼ਕਿਲ ਹੈ। ਜਿੱਥੇ ਸੁਬਹ ਨਾ ਹੋਵੇ, ਚਾਨਣ ਨਾ ਹੋਵੇ, ਉੱਥੇ ਚਾਉ ਨਹੀਂ ਹੁੰਦਾ। ਮੈਂ ਕਰਜ ਕੀਤੀ ਸੀ, ਜਿਸ ਦਿਨ ਘਰ ਵਿੱਚ ਉਦਾਸੀ ਕੋਈ ਮੌਤ ਹੋ ਜਾਏ ਨਾ, ਲੋਕ ਬੱਤੀਆਂ ਨਹੀਂ ਬੁਝੇ ਕਦੇ, ਦੀਵਾਰਾਂ ਤੇ ਲਾਈਟਾਂ ਨੂੰ ਜਗਾ ਲਿਆ, ਘਰ ਦੀਆਂ ਆਮ ਲਾਈਟਾਂ ਵੀ ਬੁਝੀਆਂ, ਕਿਉਂਕਿ ਅੰਧੇਰਾ ਸੋਗ ਦੀ ਨਿਸ਼ਾਨੀ ਹੈ। ਤੇ ਜਿਸ ਦਿਨ ਘਰ ਵਿੱਚ ਚਾਉ ਹੋਵੇ, ਖੁਸ਼ੀ ਹੋਵੇ, ਕੋਈ ਵਿਆਹ ਹੋਵੇ, ਲੋਕ ਫਿਰ ਬਨੇਰੀਆਂ ਤੇ ਲਾਈਟਾਂ ਲਟਕਾ ਦਿੰਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਇਸ ਘਰ ਵਿੱਚ ਕੋਈ ਚਾਉ ਹੈ, ਰਸ਼ੀ ਵਿੱਚ ਚਾਉ। ਦਿਨ ਰਾਤ ਚਾਨਣ ਚਾਉ, ਉਹ ਜਿਹੜਾ ਗਿਆਨ ਦਾ ਚਾਨਣ, ਸ਼ਬਦ ਦੇ ਦੀਪਕ ਦਾ ਚਾਨਣ ਸੀ, ਜਿਹੜਾ ਦਿਨ ਰਾਤ, ਜਿਹੜਾ ਰਾਤ ਨੂੰ ਵੀ ਅੰਧੇਰਾ ਨਹੀਂ ਸੀ ਹੋਣ ਦਿੰਦਾ, ਉਹਦੇ ਵਿੱਚ ਚਾਉ ਪੈਦਾ ਹੋ। ਚਾਉ ਸੀ ਮਿਲਾਪ ਦਾ, ਜਿਹੜੀ ਚੀਜ਼ ਤੋਂ ਵਾਂਝਾ ਸਾਂ, ਸੱਖਣਾ ਸਾਂ, ਜਿਹੜੀ ਚੀਜ਼ ਤੋਂ ਬਿਨਾਂ ਮੈਂ ਹੁਣ ਤੱਕ ਗਰੀਬ ਸਾਂ, ਮੁਫਲਿਸ ਸਾਂ, ਮੈਂ ਤੇ ਇਹਨਾਂ ਵੀਰ, ਮੇਰੇ ਇਸ ਨਾਵੇਂ ਖੰਡ ਦੇ ਅੰਦਰ ਤਾਂ ਸਭ ਕੁਝ ਹੈ, ਉਹ ਸਾਰੀ ਪ੍ਰਿਥਵੀ ਦੁਨੀਆਂ ਦੇ ਅੱਠ ਖੰਡਾਂ ਵਿੱਚ ਵੀ ਉਹ ਚੀਜ਼ ਮੈਨੂੰ ਹੋ ਸਕਦਾ ਨਾ ਮਿਲੇ, ਜਿਹੜੀ ਮੈਨੂੰ ਅੰਦਰ ਖੋਜਿਆ ਮਿਲੇ।
ਮੈਂ ਨਹੀਂ ਆਖਿਆ ਬਾਹਰ ਢੂੰਡਣ ਤੇ ਛੋਟ ਪਰੀ, ਬਾਹਰ ਢੂੰਡਣ ਤੇ ਛੋਟ ਪਰੀ ਗੁਰ ਘਰ ਹੀ ਮੈਂ ਦਿਖਾਇਆ ਥਾ। ਉਹਨੇ ਆਖਿਆ ਤੇਰੇ ਤੇ ਕੋਲ ਸਭ ਨਵੇਂ ਖੰਡ ਨੂੰ ਸਰੀਰ ਨੂੰ ਖੋਲ ਕੇ ਤਾਂ ਵੇਖ, ਅਜੇ ਤੂੰ ਨਵਾਂ ਖੰਡ ਨਹੀਂ ਖੋਲ ਗਿਆ। ਕਹਿਣ ਲੱਗੇ ਜਿਸ ਵੇਲੇ ਚੌਥੇ ਪਦ ਵਿੱਚ ਸਹਿਜ ਵਿੱਚ ਗਿਆ ਉੱਥੇ ਹੋਈ ਰੋਸ਼ਨੀ ਸੁਬਾਹ ਪਈ। ਚੌਥੇ ਪੈਰ ਸੁਬਾਹ ਕੇ ਚੜਨ ਹੋਇਆ ਗਿਆਨ ਗੁਰ ਸੁਰਤਿਆਂ ਉਪਜੇ ਚਾਓ, ਸੁਰ ਦਾ ਦਰਵਾਜ਼ੇ ਤੇ ਪਹੁੰਚੇ ਹੋਏ। ਸੁਰ ਦੇ ਦਰਵਾਜ਼ੇ ਨੂੰ ਲੰਘਣ ਵਾਲੇ ਜਿਹੜੇ ਲੋਕ ਸਨ, ਜਿਹੜੇ ਸੁਰਤ ਨਾਲ ਜੁੜ ਗਏ ਸਨ, ਜਿਹੜੇ ਦਸਵੇਂ ਦੁਆਰ ਦੇ ਰੂਪੀ ਸੁਰਤ ਨਾਲ ਜਿਹਨਾਂ ਦਾ ਸੰਬੰਧ ਹੋ ਗਿਆ ਸੀ, ਜਿਹੜੇ ਇੱਕੋ ਇੱਕ ਦਰਵਾਜ਼ਾ ਜਿਹੜਾ ਮੇਰੇ ਰੱਬ ਦੇ ਘਰ ਦਾ ਹੈ ਉੱਥੇ ਪਹੁੰਚ ਗਏ ਸਨ, ਅੰਮ੍ਰਿਤ ਦੇ ਦਰਵਾਜ਼ੇ ਤੇ। ਉੱਥੇ ਅੰਮ੍ਰਿਤ ਵੰਡੀ ਹੈ, ਕੰਨੀ ਹੋਈ ਫਸਾਓ, ਉੱਥੇ ਹੈ ਅੰਮ੍ਰਿਤ। ਜਦੋਂ ਉਸ ਦਰਵਾਜ਼ੇ ਤੇ ਪੁੱਜ ਗਏ, ਚਾਓ ਪੈਦਾ ਹੋਇਆ, ਸੁੱਤਿਆ ਉੱਠਦੇ ਚਾਓ, ਇੱਥੇ ਨਾ ਦਰਿਆਵਾਂ ਸਿਉਂ ਦੋਸਤੀ, ਉਹਨਾਂ ਦੀ ਨਿਸ਼ਾਨੀ ਕੀ? ਫਿਰ ਉਹ ਦਰਿਆਵਾਂ ਨਾਲ ਦੋਸਤੀ, ਮਿੱਤਰਤਾ, ਸਾਂਝ ਪੈਦਾ ਕਰ। ਦਰਿਆ ਕੌਣ ਨੇ? ਗੁਰੂ। ਗੁਰ ਦਰਿਆਓ ਸਦਾ ਜਗ ਨਿਰਮਲ, ਗੁਰੂ ਜਿਹੜਾ ਦਰਿਆ ਉਹ ਹੈ, ਉਹਦਾ ਜਲ ਹਮੇਸ਼ਾ ਨਿਰਮਲ ਰਹਿੰਦਾ। ਉਸ ਜਲ ਦੇ ਕਿਨਾਰੇ ਤੇ ਪੁੱਜਣ ਵਾਲਾ ਹਰ ਮਨੁੱਖ ਜਿਹੜਾ ਹੈ ਉਹਦਾ ਅੰਦਰ ਵੀ ਨਿਰਮਲ ਹੋ ਜਾਂਦਾ ਹੈ। ਇੱਕ ਖਿਆਲ ਕਰਿਓ, ਮੈਂ ਪਰਸ ਕੀਤੀ ਸੀ, ਆਪਣਾ ਮੂੰਹ ਵੀ ਵੇਖਣਾ ਹੋਵੇ ਨਾ, ਨਿਰਮਲ ਜਲ ਵਿੱਚ ਹੀ ਦਿਸਦਾ, ਮੈਲੇ ਜਲ ਵਿੱਚ ਨਹੀਂ ਦਿਸਦਾ। ਮੈਲਾ ਹੋਵੇ ਪਾਣੀ, ਮੈਲੇ ਪਾਣੀ ਦੀ ਬਾਲਟੀ ਭਰ ਲਓ, ਉਹਦੇ ਵਿੱਚ ਆਪਣਾ ਮੂੰਹ ਵੇਖਣਾ ਚਾਹੋ ਨਹੀਂ ਦਿਸਦਾ। ਤੇ ਪਾਣੀ ਹੋਵੇ ਸਾਫ਼ ਸੁਥਰਾ ਨਿਰਮਲ, ਉਹਦਾ ਟੱਪ ਭਰ ਲਓ, ਉਹਦੇ ਵਿੱਚ ਤੁਸੀਂ ਆਪਾ ਦੇਖ ਸਕਦੇ ਹੋ। ਗੁਰੂ ਦੇ ਸਾਹਮਣੇ ਜਾ ਕੇ ਤਾਂ ਮਨੁੱਖ ਨੇ ਆਪਾ ਦੇਖਣਾ। ਗੁਰੂ ਕੈਸਾ ਸ਼ੀਸ਼ਾ ਹੈ ਜਿਹੜਾ ਤੈਨੂੰ ਤੇਰਾ ਅੰਦਰ ਦਾ ਬਾਹਰ ਦਾ ਸਭ ਕੁਝ ਦਿਖਾ ਦਿੰਦਾ, ਤੇਰੇ ਅੰਦਰ ਕੀ ਹੈ। ਐਵੇਂ ਡਾਕਟਰ ਉਤਰਿਆ ਫਿਰਦਾ ਜਿਹੜੇ ਸਕੈਨ ਕਰਦੇ, ਸਕਰੀਨ ਕਰਦੇ, ਵੇਖ ਗੁਰੂ, ਗੁਰੂ ਦੀ ਬਖਸ਼ਿਸ਼। ਗੁਰੂ ਇੱਕ ਐਸਾ ਨਿਰਮਲ ਜਲ ਹੈ ਜਿਹਦੇ ਵਿੱਚ ਸਾਹਮਣੇ ਸਨਮੁੱਖ ਹੋ ਤੈਨੂੰ ਆਪਾ ਦਿਸ ਪੈਂਦਾ। ਤੇ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਜਿਹੜੇ ਸੁਰਤੇ ਨੇ ਪ੍ਰਭੂ ਦੀ ਖੋਜ ਕਰਨ ਵਾਲੇ, ਸੁਰਤੀ ਦੇ ਦਰਵਾਜ਼ੇ ਤੇ ਦਸਵੇਂ ਦੁਆਰ ਦੇ ਦਰਵਾਜ਼ੇ ਤੇ ਪੁੱਜਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਦਰਿਆਓ ਨਾਲ ਸੁਨੇਹ ਹੋ ਜਾਂਦਾ ਹੈ, ਉਸ ਗੁਰੂ ਦਰਿਆਓ ਨਾਲ ਉਹਨਾਂ ਦਾ ਰਿਸ਼ਤਾ ਹੋ ਜਾਂਦਾ ਹੈ, ਉਹਨਾਂ ਨਾਲ ਉਹ ਗੁਰੂ ਨਾਲ ਜੁੜ ਜਾਂਦੇ ਨੇ। ਤਿੰਨਾਂ ਦਰਿਆਵਾਂ ਚੋਂ ਦੋਸਤੀ, ਤੇ ਫਿਰ ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਉਹ ਮਨੋ ਹੋਰ ਤੇ ਮੁੱਖੋਂ ਹੋਰ ਨਹੀਂ ਰਹਿੰਦੇ। ਜਿਨ ਮਨ ਹੋਰ ਮੁੱਖ ਹੋਰ ਸਿੱਖਣੇ ਕੱਚਿਆ, ਉਹ ਤਾਂ ਝੂਠੇ ਨੇ, ਗਲਤ ਨੇ। ਜਿਹਨਾਂ ਦੇ ਅੰਦਰ ਹੋਰ ਹੋਵੇ, ਬਾਹਰ ਹੋਰ ਹੋਵੇ, ਪਰ ਜਿਹੜੇ ਗੁਰੂ ਦਰਿਆਓ ਨਾਲ ਜੁੜ ਜਾਂਦੇ ਨੇ ਉਹ ਫਿਰ ਅੰਦਰੋਂ ਬਾਹਰੋਂ ਵੱਖ ਨਹੀਂ ਰਹਿੰਦੇ। ਕਹਿਣ ਲੱਗੇ ਤਿੰਨਾਂ ਦਰਿਆਵਾਂ ਸਿਉਂ ਦੋਸਤੀ, ਮਨ ਮੁੱਖ ਉਹਨਾਂ ਦੇ ਅੰਦਰ ਤੇ ਬਾਹਰ, ਮੂੰਹ ਵਿੱਚ ਵੀ ਤੇ ਹਿਰਦੇ ਵਿੱਚ ਵੀ ਸੱਚੇ ਨਾਮ ਦਾ ਸੰਬੰਧ ਹੈ। ਕਿਉਂ? ਕਿਉਂਕਿ ਉੱਥੇ ਅੰਮ੍ਰਿਤ ਹੁੰਦੀ ਹੈ। ਕਰਮੀ ਹੋਏ ਪਸਾਓ, ਉਹ ਮਾਲਕ ਦੇ ਉਸ ਦਰਵਾਜ਼ੇ ਤੇ ਪਹੁੰਚ ਗਏ ਨੇ ਜਿੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ। ਅੰਮ੍ਰਿਤ ਵੰਡੀਏ, ਸੁਖੀਆ ਹਰ ਕਰਨੇ, ਜਮ ਕੇ ਪੰਥ ਨਾ ਪਾਈਏ, ਫਿਰ ਨਾ ਹੀ ਮਰਨੇ, ਜਿਸਨੂੰ ਆਇਆ ਪ੍ਰੇਮ ਰਸ ਤਸੇ ਹੀ ਜਗਨੇ, ਬਾਣੀ ਉਚਰੇ ਸਾਧ ਜਨ ਅੰਮ੍ਰਿਤ ਚੰਗੇ ਚੱਲੇ। ਉੱਥੇ ਪੁੱਜਦੇ ਚਾਓ ਹੀ ਚਾਓ, ਉੱਥੇ ਫਿਰ ਇਹ ਕੰਚਨ ਕਾਇਆ ਦੀ ਵੈਲਿਊ ਵੀ ਬਣਦੀ ਹੈ।
ਇਹਦੇ ਕਰਮਾਂ ਨੂੰ ਵੀ ਗੁਰੂ ਕਸਵੱਟੀ ਤੇ ਲਾ ਲਾ ਕੇ ਪਰਖਦਾ ਹੈ, ਤੇ ਜਿਹਨੂੰ ਵੰਨੀ ਚੜੇ ਚੜਾਓ, ਜਿਹਨੂੰ ਬਾਰਾਂ ਵੰਨੀ ਦਾ ਸੋਧਿਆ ਹੋਇਆ ਸੋਨਾ ਬਣਾ ਦੇਵੇ, ਉਹਨੂੰ ਮੁੜ ਕੇ ਨਹੀਂ ਤਾਂ ਉਹ ਨਹੀਂ ਦੇਰੇ ਜਿੰਨੀ ਦੇਰ ਅਜੇ ਪਵਿੱਤਰ ਨਹੀਂ ਹੋਇਆ, ਸ਼ੁੱਧ ਨਹੀਂ ਹੋਇਆ, ਬਾਰ ਬਾਰ ਸੁਨਾਰ ਕੋਠਾਲੀ ਵਿੱਚ ਉਦੋਂ ਤੱਕ ਪਾਉਂਦਾ ਸੋਨੇ ਨੂੰ ਜਿੰਨੀ ਦੇਰ ਉਹਨੂੰ ਸ਼ੱਕ ਹੋਵੇ ਅਜੇ ਕੋਈ ਮਿਲਾਵਟ ਹੈ। ਜਦੋਂ ਉਸਨੂੰ ਪਤਾ ਲੱਗ ਜਾਣਾ ਹੁਣ ਸ਼ੁੱਧ ਹੋ ਗਿਆ, ਮੁੜ ਬੌਣ ਨਾ ਪਾਈ ਤਾਂ ਉਹ ਮੁੜ ਕੇ ਉਸਨੂੰ ਕੋਠਾਲੀ ਵਿੱਚ ਪਾਉਣ ਦੀ ਵੀ ਲੋੜ ਨਹੀਂ ਪੈ ਕਹਿਣ ਲੱਗੇ। ਪਰ ਇਹ ਸਭ ਕੁਝ ਹੁੰਦਾ ਤਾਂ ਹੈ ਜੇ ਗੁਰੂ ਦੀ ਰਹਿਮਤ ਸਦਕਾ ਚੌਥੇ ਪਦ ਵਿੱਚ ਸੁਭਾ ਦੇ ਪਦ ਵਿੱਚ ਪ੍ਰਭੂ ਦੇ ਗਿਆਨ ਰੂਪੀ ਰੋਸ਼ਨੀ ਦੇ ਪਦ ਵਿੱਚ ਪਹੁੰਚ ਜਾਏ। ਕਹਿੰਦੇ ਚੌਥੇ ਪਹਿਰੇ ਸੁਭਾਤੇ ਨਿਰੀਖਣ ਕਰਨ ਦਾ ਤਰੀਕਾ ਬਦਲ ਜਾਂਦਾ ਹੈ। ਉਹ ਨਿਰਣੇ ਕਰ ਸਕਦਾ ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਉਸਨੂੰ ਵਿਸ਼ਵਾਸ ਆ ਜਾਂਦਾ ਮੇਰੇ ਮਾਲਕ ਦੇ ਦਰ ਤੇ ਖੋਟੇ ਪ੍ਰਵਾਨ ਨਹੀਂ, ਖੋਟੇ ਉੱਥੇ ਸੁੱਟ ਦਿੱਤੇ ਜਾਂਦੇ ਨੇ, ਉੱਥੇ ਖੋਟੇ ਸੱਟੀਏ ਖਰੇ ਕੀਚੇ ਸਵਾਸ ਮਾਨਸ, ਉਹਨੂੰ ਪਤਾ ਲੱਗ ਜਾਂਦਾ। ਇਸ ਲਈ ਉਹ ਫਿਰ ਸ਼ਬਦਾਵਲੀ ਦੇ ਗੱਲਾਂ ਦੇ ਨਾਲ ਰੱਬ ਨਾਲ ਦੋਸਤੀ ਰਿਸ਼ਤੇ ਨਹੀਂ, ਆਪਣੇ ਦੁੱਖ ਸੁੱਖ ਵਿੱਚ ਹੀ ਮਸਤ ਨਹੀਂ ਰਹਿੰਦਾ ਵੀ ਰੱਬ ਦੇ ਦਰ ਤੇ ਵੀ ਆਉਣਾ ਤੇ ਦੁੱਖ ਸੁੱਖ ਦੀਆਂ ਗੱਲਾਂ ਹੀ ਕਰੀ ਜਾਣੀ, ਇਹੋ ਹੀ ਅਰਦਾਸਾਂ ਕਰੀ ਜਾਣੀ। ਕਹਿਣ ਲੱਗੇ ਨਹੀਂ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਹਸਮੇ ਪਾਸ। ਇਹ ਉਹ ਅਵਸਥਾ ਬਦਲਦੀ ਹੈ, ਇਹ ਉਹ ਜੀਵਨ ਸਰਸਾਰ ਹੁੰਦਾ ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ। ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾ
ਰਾਮ ਕਲੀ ਮਹਲਾ ਤੀਜਾ ਅਨੰਦ ਕਿਉਂ ਕਰ ਸਕੂ।